ਜਦੋਂ ਬਚਪਨ ਦੇ ਵਿੱਚ ਸਕੂਲ ਪੜ੍ਹਦਾ ਸੀ ਨਾ, ਤਾਂ ਮੈਂ ਉਦੋਂ ਮਾਰਸ਼ਲ ਆਰਟਸ ਕਰਦਾ ਸੀ। ਜਦੋਂ ਆਪਣੇ ਘਰ ਦੇ ਵਿੱਚ ਜਦੋਂ ਕੋਈ ਬੱਚਾ ਹੁੰਦਾ ਨਾ, ਉਹਨੂੰ ਕਿਸੇ ਨਾ ਕਿਸੇ ਗੇਮ 'ਤੇ ਜ਼ਰੂਰ ਲਾਉਣਾ ਚਾਹੀਦਾ ਮੈਨੂੰ ਲੱਗਦਾ। ਜਦੋਂ ਮਾਰਸ਼ਲ ਆਰਟਸ ਕਰਦਾ ਸੀ ਨਾ, ਮਾਰਸ਼ਲ ਆਰਟਸ ਦੇ ਵਿੱਚ ਕੀ ਹੁੰਦਾ ਕਿ ਕੰਪੀਟੀਸ਼ਨ 'ਚ ਤੁਸੀਂ ਹਾਰ ਵੀ ਸਕਦੇ ਹੋ, ਤੁਸੀਂ ਜਿੱਤ ਵੀ ਸਕਦੇ ਹੋ। ਅਤੇ ਮੈਂ ਜਿਹੜੇ ਸਟਾਈਲ 'ਚ ਕੰਪੀਟੀਸ਼ਨ 'ਚ ਖੇਡਦਾ ਹੁੰਦਾ ਸੀ, ਤਾਂ ਮੈਂ ਬਹੁਤ ਵਾਰ ਹਾਰਿਆ ਵੀ ਹਾਂ, ਪਰ ਮੈਂ 3 ਵਾਰ ਨੈਸ਼ਨਲ ਚੈਂਪੀਅਨ ਰਿਹਾ। ਓਕੇ, ਤਾਂ ਉਸ ਗੇਮ ਦਾ ਨਜ਼ਰੀਆ ਇਹ ਆ, ਜਦੋਂ ਤੁਸੀਂ ਰਿੰਗ 'ਚ ਖੜ ਗਏ, ਤੁਹਾਡਾ ਟਾਈਮ ਸਟਾਰਟ ਹੋ ਗਿਆ, ਤੁਸੀਂ ਪੁਆਇੰਟ ਲੈਣਾ। ਅਤੇ ਤੁਸੀਂ ਇਹ ਤਾਂ ਸੋਚ ਨਹੀਂ ਸਕਦੇ ਨਾ ਕਿ ਅਗਲਾ ਬੰਦਾ ਕਿੰਨਾ ਤਗੜਾ ਅਤੇ ਕਿੰਨਾ ਮਾੜਾ। ਤੁਸੀਂ ਆਪਦੀ ਗੇਮ ਖੇਡਣੀ ਹੈ, ਤੁਸੀਂ ਪੁਆਇੰਟ ਲੈਣਾ ਹੈ, ਤੁਸੀਂ ਤਾਂ ਹੀ ਜਿੱਤੋਗੇ। ਜਿਹੜੀ ਆਪਣੀ ਜ਼ਿੰਦਗੀ ਉਹ ਇਸੇ ਤਰ੍ਹਾਂ ਹੈ, ਜਿਹੜਾ ਇੱਧਰਲੇ ਪਾਸੇ ਫਾਈਟਰ ਖੇਡ ਰਿਹਾ ਜਿਹਨੇ ਜਿੱਤਣਾ, ਅਤੇ ਜਿਹੜਾ ਓਪੋਜ਼ਿਟ ਆ ਉਹ ਲਾਈਫ ਆ। ਜਦੋਂ ਤੁਸੀਂ ਉਹਨੂੰ ਇੱਦਾਂ ਲੈ ਕੇ ਚੱਲਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਤੋਂ ਪੁਆਇੰਟ ਲੈਣਾ, ਫਿਰ ਤੁਸੀਂ ਲਾਈਫ ਦੇ ਵਿੱਚ ਕਦੀ ਵੀ ਕਿਸੇ ਬਾਹਰਲੇ ਬੰਦੇ ਤੋਂ ਇੰਸਪੀਰੇਸ਼ਨ ਨਹੀਂ ਦੇਖੋਗੇ, ਫਿਰ ਤੁਹਾਡੇ ਅੰਦਰ ਹੀ ਤੁਹਾਨੂੰ ਦੇਖ ਜੂਗੀ। ਸੋ ਮੇਰੀ ਲਾਈਫ ਦੇ ਵਿੱਚ ਮੈਂ ਜਿੰਨੀ ਵਾਰੀ ਵੀ ਹਾਰਿਆ, ਉਸ ਤੋਂ ਬਾਅਦ ਮੈਂ ਜਦੋਂ ਜਿੱਤਿਆ, ਮੇਰੇ ਕੋਲ ਇੰਨੇ ਇੰਸੀਡੈਂਟ ਨੇ ਕਿ ਮੈਨੂੰ ਇੱਦਾਂ ਲੱਗਦਾ ਕਿ ਮੈਨੂੰ ਅੱਜ ਤੱਕ ਕਦੀ ਕਿਸੇ ਹੋਰ ਬੰਦੇ ਦੀ ਲਾਈਫ ਤੋਂ ਐਂ ਨਹੀਂ ਦੇਖ ਕੇ ਲੱਗਿਆ ਕਿ ਯਾਰ, ਕਿਉਂਕਿ ਉਹਦੇ ਨਾਲ ਮੈਂ ਰਿਲੇਟ ਨਹੀਂ ਕਰ ਸਕਦਾ, ਮੈਨੂੰ ਉਹਦੇ ਸਰਕਮਸਟਾਂਸਿਸ ਨਹੀਂ ਪਤਾ, ਮੈਨੂੰ ਮੇਰੇ ਪਤਾ ਸੀ। ਮੈਨੂੰ ਪਤਾ ਸੀ ਕਿ ਮੇਰੇ ਘਰਦਿਆਂ ਨੂੰ ਬਿਲਕੁਲ ਪਸੰਦ ਨਹੀਂ ਸੀ, ਜੱਟਾਂ ਦੀ ਫੈਮਿਲੀ ਭਾਅ ਜੀ, ਉਹਨਾਂ ਨੂੰ ਕਰਾਟਿਆਂ ਗਰੁੱਟਿਆਂ ਤੋਂ ਕੋਈ ਲੈਣਾ ਦੇਣਾ ਨਹੀਂ, ਅਤੇ ਮੇਰਾ ਡੈਡੀ ਬਿਲਕੁਲ ਪਸੰਦ ਹੀ ਨਹੀਂ ਕਰਦਾ ਸੀ। ਅਤੇ ਮੈਂ ਚੋਰੀ ਕਰਦਾ ਸੀ, ਮੈਂ ਜਿੱਤਦਾ ਸੀ, ਮੈਂ ਜਿੱਤ ਕੇ ਮੈਨੂੰ ਮੈਡਲ ਮਿਲਦਾ ਸੀ, ਮੈਡਲ ਮੈਂ ਸਵੇਰੇ ਸਕੂਲ ਜਾ ਕੇ, ਮੈਨੂੰ ਪ੍ਰੇਅਰ 'ਚ ਸਕੂਲ ਵਾਲੇ ਦਿੰਦੇ ਸੀ ਕਿ ਸਾਡੇ ਸਕੂਲ ਦੇ ਬੱਚੇ ਨੂੰ ਐਂ ਮਿਲਿਆ, ਤਾਂ ਮੇਰੇ ਲਈ ਉਹ ਬਹੁਤ ਵਧੀਆ ਮੂਵਮੈਂਟ ਹੁੰਦੀਆਂ ਸੀ। ਤਾਂ ਉਹ ਮੈਨੂੰ ਉਹਨਾਂ ਨੇ ਉਹ ਮੂਵਮੈਂਟਸ ਨੇ ਮੈਨੂੰ ਇੰਨਾ ਇੰਸਪਾਇਰ ਕੀਤਾ, ਮੈਨੂੰ ਐਂ ਲੱਗਦਾ ਕਿ ਪਰਮਾਤਮਾ ਕਰੇ ਕਿ ਮੈਂ ਕਿਤੇ ਵੀ ਹੋਵਾਂ ਜ਼ਿੰਦਗੀ 'ਚ, ਮੈਂ ਕਦੀ ਹਾਰ ਨਹੀਂ ਸਕਦਾ। ਮਤਲਬ ਹਾਰ ਆਪਣੇ ਆਪ ਤੋਂ, ਹਾਰ ਜੇ ਤੋਂ ਦੁਨੀਆ ਤੋਂ ਨਹੀਂ ਗੱਲ ਕਰਦਾ, ਆਪਣੇ ਆਪ ਤੋਂ ਮੈਂ ਕਦੀ ਹਾਰ ਨਹੀਂ ਸਕਦਾ।